ਹਾਂਜੀ ਦੋਸਤੋ ਦੋਸਤੋ ਅਸਲ ਚ ਅੱਜ ਆਪਾਂ ਕਹਾਣੀਆਂ ਰਾਹੀਂ ਸਰਕਾਰ ਦੀ ਗੱਲ ਕਰਨੀ ਆ ਕਹਾਣੀਆਂ ਸਾਡੀਆਂ ਨਾਨੀਆਂ ਦਾਦੀਆਂ ਸੁਣਾਉਂਦੀਆਂ ਹੁੰਦੀਆਂ ਸੀ ਬੜੀਆਂ ਵਧੀਆ ਰਾਜੇ ਰਾਣੀਆਂ ਦੀਆਂ ਤੇ ਹੋਰ ਬਾਤਾਂ ਉਹੋ ਜੀਆਂ ਬਾਤਾਂ ਦੇ ਵਿੱਚ ਦੀ ਲੰਘ ਕੇ ਆਪਾਂ ਸਰਕਾਰ ਨੂੰ ਪਰਖਣ ਦਾ ਯਤਨ ਕਰਨਾ ਵੀ ਸਰਕਾਰ ਸਾਡੀ ਕੀ ਕਰ ਰਹੀ ਐ ਜਿਹੜੀ ਸਮੇਂ ਦੀ ਸਰਕਾਰ ਹੁੰਦੀ ਆ ਉਹ ਤੋਂ ਵੱਡੀਆਂ ਲੋੜਾਂ ਸਾਡੀਆਂ ਸਿੱਖਿਆ, ਸਿਹਤ ਤੇ ਸੁਰੱਖਿਆ ਹੁੰਦੀਆਂ ਸੁਰੱਖਿਆ ਸਾਡੀ ਹੋਵੇ ਸਿੱਖਿਆ ਸਾਨੂੰ ਠੀਕ ਮਿਲੇ ਤੇ ਸਿਹਤ ਠੀਕ ਹੋਵੇ ਜਿਵੇਂ ਹੁਣ ਪਿਛਲੇ ਦਿਨਾਂ 'ਚ ਜਿਵੇਂ ਦੰਗੇ ਇੱਥੇ ਹੋਏ ਆ ਉਹ ਦੰਗਿਆਂ ਦੇ ਵਿੱਚ ਕਿਵੇਂ ਬਲਡੋਜ਼ਰ ਚੱਲਿਆ ਕਿਹੜੀ ਕੌਮ ਤੇ ਚੱਲਿਆ ਕਿਹੜੀ ਘਟ ਗਣਤੀ ਤੇ ਚੱਲਿਆ ਉਹਦੇ ਪਿਛਲਾ ਪਛੋਕੜ ਕੀ ਆ ਉਹਦੇ ਅੱਗੇ ਆਉਣ ਵਾਸਤੇ ਕੀ ਕੁਝ ਚਾਹੀਦਾ ਇਹ ਨਾਂ ਦੇਣ ਚ ਸਮਰੱਥ ਸਰਕਾਰਾਂ ਜਦੋਂ ਇਹ ਦੇ ਨਹੀਂ ਸਕਦੀਆਂ ਜਦੋਂ ਉਹਨਾਂ ਕੋਲੇ ਬੇਰੋਜ਼ਗਾਰੀ ਹੁਣ ਵੱਡਾ ਮੁੱਦਾ ਬਣੀ ਵੀ ਹੋਵੇ ਸਿੱਖਿਆ ਨਾ ਸਹੀ ਦੇ ਸਕਦੀਆਂ ਹੋਣ ਸਿਹਤ ਨਾ ਸਹੀ ਹਸਪਤਾਲਾਂ ਦਾ ਪ੍ਰਬੰਧ ਨਾ ਕਰ ਸਕਦੀਆਂ ਹੋਣ ਸੁਰੱਖਿਆ ਦੇਣ ਵਾਲੀਆਂ ਸਰਕਾਰਾਂ ਹੀ ਜਾ ਕੇ ਘਟੌਣ ਲੱਗ ਜਾਣ ਬਲਡੋਜ਼ਰਾਂ ਦੇ ਨਾਲ ਤਾਂ ਇਹ ਸਾਰਾ ਕੁਝ ਅਸੀਂ ਆ ਪਿਛਲੇ 2-4 ਦਿਨਾਂ ਦਸਾਂ ਦਿਨਾਂ 'ਚ ਦੇਖਿਆ ਆਪਾਂ ਉਹ ਸਾਰੀਆਂ ਕਹਾਣੀਆਂ ਅੱਜ ਦੀ ਕਹਾਣੀ 'ਚ ਸਮਝਣ ਦਾ ਯਤਨ ਕਰਨਾ ਵੀ ਅਸਲ 'ਚ ਪੁਛੋਕੜ 'ਚ ਪਿਆ ਆਤੀ ਆ ਇਕ ਨਾ ਪਿੰਡ 'ਚ ਕਿਸੇ 'ਚ ਮੈਂ ਸਿੱਖਿਆ ਦੀ ਗੱਲ ਕਰਨ ਲੱਗਾ ਪੈਣਾ ਵੀ ਸਿੱਖਿਆ ਇਹਨਾਂ ਨੂੰ ਕਿਹੋ ਜੀ ਮਿਲੀ ਆ ਜਿਹੜੇ ਸਾਥੀ ਡਾਂਗਾ ਲੈ ਕੇ ਅ ਘਟ ਗਿੰਤੀਆਂ ਦੇ ਡਾਲੇ ਹੁੰਦੇ ਆ ਜਾਂ ਦੂਜਿਆਂ ਦੇ ਡਾਲੇ ਹੁੰਦੇ ਇਹਨਾਂ ਦੀ ਸਿੱਖਿਆ ਕਿਹੋ ਜੀ ਮਿਲੀ ਵੀ ਆ ਮੈਂ ਸਿਰਫ ਸਿੱਖਿਆ ਦੀ ਗੱਲ ਕਰਨ ਲੱਗਾ ਪਹਿਲਾਂ ਕਹਾਣੀ ਨਾਲ ਸਮਝਦੇ ਆਪਾਂ ਸਿੱਖਿਆ ਨੂੰ ਕਿਸੇ ਸਕੂਲ 'ਚ ਡੀਓ ਸਾਹਿਬ ਆਗੇ ਉਹ ਡੀਓ ਸਾਹਿਬ ਸਕੂਲ ਦਾ ਮੌਇਨਾ ਕਰਨ ਆਏ ਸੀ ਤੇ ਬੱਚਿਆਂ ਨੂੰ ਪੁੱਛਣ ਲੱਗੇ ਵੀ ਅੱਜ ਕੱਲ ਤੁਸੀਂ ਕੀ ਦੇਖਦੇ ਹੁੰਨੇ ਆ ਪੁੱਤ ਕੀ ਐ ਤੁਹਾਡਾ ਰੋਜ਼ ਤੁਸੀਂ ਕੀ ਕਿਹੜੀ ਗੱਲ ਚ ਤੁਹਾਡੀ ਰੁਚੀ ਆ ਉਹ ਬੱਚੇ ਹੱਸਣ ਲੱਗ ਗਏ ਆਂਦੇ ਜੀ ਰਾਤ ਨੂੰ ਸਾਡੇ ਆ ਰਾਮਲੀਲਾ ਹੁੰਦੀ ਆ ਅਸੀਂ ਤਾਂ ਰਾਮਲੀਲਾ ਵੇਖਣ ਜਾਂਦੇ ਆ ਉਹ ਕਹਿੰਦਾ ਵੀ ਠੀਕ ਆ ਹੁਣ ਜਿਹੇ ਜਆ ਬੱਚਿਆਂ ਨੂੰ ਸਿੱਖਿਆ ਦਿੱਤੀ ਐ ਜਿਹੋ ਜਆ ਸਿੱਖਕ ਆ ਉਹੋ ਜੀ ਉਹਨਾਂ ਦੀ ਸਿੱਖਿਆ ਤੇ ਉਹ ਪੁੱਛਣ ਲੱਗ ਗਿਆ ਬੱਚਿਆਂ ਨੂੰ ਆਂਦਾ ਫਿਰ ਤੁਸੀਂ ਵੇਖਿਆ ਹੀ ਹੋਣਾ ਉੱਥੇ ਸੇਵਜੀ ਦਾ ਜਿਹੜਾ ਤੁਨਸ਼ ਸੀ ਉਹ ਕਿਹਨੇ ਤੋੜਿਆ ਤੁਹਾਨੂੰ ਪਤਾ ਹੋਊਗਾ ਇੱਕ ਬੱਚੇ ਨੇ ਜ਼ੋਰ ਦੀ ਹੱਥ ਖੜਾ ਕਰਤਾ ਮਗਰ ਬੈਠੇ ਨੇ ਸਭ ਤੋਂ ਜਦੋਂ ਹੱਥ ਖੜਾ ਕੀਤਾ ਨਾ ਤੇ ਮਾਸਟਰ ਸੀ ਜਿਹੜਾ ਉਹਨੂੰ ਪੜਾਉਂਦਾ ਸੀ ਉਹ ਡਰ ਗਿਆ ਵੀ ਇਹ ਤਾਂ ਜਮਾਂ ਨਕਮਾ ਹੈ ਅਜ ਬੜੀ ਸ਼ੇਤੀ ਹੱਥ ਖੜਾ ਕੀਤਾ ਇਹਨੇ ਉਹ ਮਤਲਬ ਆਪ ਵੀ ਥੋੜਾ ਜਿਹਾ ਇੱਕ ਸ਼ਰਮਿੰਦਾ ਜਿਹਾ ਹੋ ਗਿਆ ਵੀ ਕਿਤੇ ਗਲਤ ਜਵਾਬ ਨਾ ਕੋਈ ਦੇ ਦੇਵੇ ਤੋ ਡਿਓ ਸਾਹਬ ਨੂੰ ਪੁੱਛਣ ਲੱਗੇ ਹਾਂ ਵੀ ਪੁੱਤਰਾ ਫਿਰ ਕੀ ਦੇਖਿਆ ਤੈਂ ਉੱਥੇ ਕਿਹਨੇ ਤੋੜਿਆ ਉਹ ਤਨੋਸ਼ ਤੂੰ ਹੱਥ ਖੜਾ ਕੀਤਾ ਦੱਸ ਉਹ ਕਹਿੰਦਾ ਜੀ ਮੈਂ ਬਸ ਮੈਂ ਤਾਂ ਇਸ ਵਾਸਤੇ ਹੱਥ ਖੜਾ ਕੀਤਾ ਵੀ ਮੈਂ ਨਹੀਂ ਤੋੜਿਆ ਉਹ ਸਾਰੇ ਹੱਸ ਕੇ ਮਾਸਟਰ ਵੀ ਥੋੜਾ ਜਿਹਾ ਸ਼ਰਮਿੰਦਾ ਜਿਹਾ ਹੋ ਗਿਆ ਉਹ ਆਂਦਾ ਜੀ ਜਿੰਨੀਆਂ ਵੀ ਚੀਜ਼ਾਂ ਟੁੱਟਦੀਆਂ ਹਨ ਸਾਰੀਆਂ ਮੇਰੇ ਸਿਰ ਲੱਗਦੀਆਂ ਇਸ ਕਰਕੇ ਮੈਨੂੰ ਡਾਰਾ ਵੀ ਕਿਤੇ ਤਨੁਸ਼ ਵੀ ਮੇਰੇ ਸਿਰ ਨਾ ਲੱਗ ਜੇ ਮੈਂ ਨਹੀਂ ਤੋੜਿਆ ਆ ਦਾ ਉਹ ਮਾਸਟਰ ਕੋਲੇ ਖੜਾ ਸੀ ਡੀਓ ਕਹਿੰਦਾ ਡੀਓ ਮਾਸਟਰ ਨੇ ਜਦੋਂ ਝਾਕ ਕੇ ਨਿਗਾਹ ਜੀ ਮਲਾਈ ਤੇ ਮਾਸਟਰ ਕਹਿੰਦਾ ਆਂਦਾ ਜੀ ਇਹ ਬੜਾ ਹਰਾਮੀ ਐ ਇਹਦੀਆਂ ਗੱਲਾਂ ਤੇ ਜਮਾਂ ਨਹੀਂ ਯਕੀਨ ਕਰਨਾ ਤੋੜਿਆ ਐਸੇ ਨੇ ਹੋਊਗਾ ਮੰਨਦਾ ਜੀਗਾ ਅੱਗੇ ਵੀ ਇਹ ਤੀਜਾ ਤੋੜਦਾ ਜਦੋਂ ਉਹਦੀ ਸਿੱਖਿਆ ਦਾ ਪੱਧਰ ਵੀ ਆਪਾਂ ਨੂੰ ਪਤਾ ਲੱਗ ਗਿਆ ਫਿਰ ਡੀਓ ਕਹਿੰਦਾ ਹਾਂ ਕਰੋ ਆ ਜਿਹੜੀ ਸਾਰੀ ਕਲਾਸ ਬੈਠੀ ਆ ਇਹਦੇ 'ਚ ਜਿਹੜਾ ਕੋਈ ਦੱਸ ਸਕਦਾ ਅਧਿਆਪਕ ਨੂੰ ਕਹਿੰਦਾ ਤੂੰ ਉਹਨੂੰ ਖੜਾ ਕਰ ਲੈ ਬੱਚੇ ਨੂੰ ਇੱਕ ਬੱਚਾ ਹੋਰ ਖੜਾ ਕੀਤਾ ਉਹਦੇ 6 ਵਜੇ ਸੀ ਉਂਗਲਾਂ ਤੇ ਜਦੋਂ ਖੜਾ ਹੋਇਆ ਉਹਨੂੰ ਕਹਿੰਦਾ ਤੂੰ ਦੱਸ ਵੇ ਪੁੱਤਰਾ ਕਿਹਨੇ ਤੋੜਿਆ ਉਹ ਆਂਦਾ ਜੀ ਆ ਮੇਰੀਆਂ ਉਂਗਲਾਂ ਵੀ ਇਸੇ ਨੇ ਤੋੜੀਆਂ ਆਂ ਦਾ ਇਹੀ ਜ਼ਿੰਮੇਵਾਰ ਆ ਤੋੜਨ ਦਾ ਬਤਲ ਇਹੋ ਜਾਂ ਤਾਂ ਸਾਡਾ ਸਿੱਖਿਆ ਦਾ ਪੱਧਰ ਆ ਜਿਹੜੇ ਡਾਂਗਾਂ ਚੱਕੀ ਫਿਰਦੇ ਆ ਉਹਨਾਂ ਨੂੰ ਸਿੱਖਿਆ ਇਹੋ ਜੀ ਮਿਲੀ ਵੀ ਆ ਹੁਣ ਮੈਂ ਸਿੱਖਿਆ ਕਿੱਡਾ ਮਹੱਤਵਪੂਰਨ ਮਹਿਕ ਮੈਂ ਤੇ ਮਿਲਦਾ ਕਿਹਨੂੰ ਉਹਦੀ ਗੱਲ ਕਰਨ ਲੱਗਾ ਲਿਵੀਆ ਚ ਲਿਵੀਆ ਸੀ ਜਿਹੜੀ ਉਹ ਇਟਲੀ ਦੀ ਇੱਕ ਵਸਤੀ ਸੀ ਜਿਵੇਂ ਸਾਡੇ ਇੱਥੇ ਅੰਗਰੇਜ਼ ਰਾਜ ਕਰਦੇ ਸੀ ਇਸੇ ਤਰ੍ਹਾਂ ਉਥੇ ਲਿਵੀਆ ਦੇ ਵਿੱਚ ਇਟਲੀ ਰਾਜ ਕਰਦਾ ਸੀ ਉਥੇ ਜਿਹੜਾ ਜਿਵੇਂ ਸਾਡੇ ਸੀਤ ਭਗਤ ਸਿਉ ਹੁਣੀ ਤੇ ਦੂਜੇ ਸਾਰੇ ਉਹਦੇ ਨਾਲ ਲੜਾਈ ਲੜਦੇ ਸੀਗੇ ਆਜ਼ਾਦੀ ਲੈਣ ਵਾਸਤੇ ਉਥੋਂ ਦਾ ਉਮਰ ਮਖ्तार ਇੱਕ ਇਨਕਲਾਬੀ ਬੰਦਾ ਸੀ ਜਿਹੜਾ ਉਹਨਾਂ ਨਾਲ ਲਗਾਤਾਰ ਲੜਾਈ ਲੜ ਰਿਹਾ ਸੀ ਉਹ ਲਗਾਤਾਰ ਲੜਾਈ ਲੜਦਿਆਂ ਤੋਂ ਬਾਅਦ ਜਦੋਂ ਸੰਸਾਰ جنگ ਦੇ ਵਿੱਚ ਇਟਲੀ ਫਸ ਗਿਆ ਉਹਨੂੰ ਪਤਾ ਲੱਗਾ ਵੀ ਹੁਣ ਜਾਂ ਤਾਂ ਸੰਸਾਰ جنگ ਬੰਨੀ ਧਿਆਨ ਦਿੱਤਾ ਜਾਣਾ ਜਾਂ ਲੀਬੀਆ ਬੰਨੀ ਦਿੱਤਾ ਜਾਣਾ ਵੀ ਹੁਣ ਇਹਨੂੰ ਕੁਝ ਨਾ ਕੁਝ ਹੱਕ ਹਕੂਕ ਦੇਣੇ ਪੈਣੇ ਆ ਜੇ ਇਹਨੂੰ ਕਬਜ਼ੇ 'ਚ ਰੱਖਣਾ ਤਾਂ ਉਹ ਉਮਰ ਮੁਖਤਾਰ ਵੀ ਵਿਚਾਰਾ ਲੰਮੇ ਸਮੇਂ ਤੋਂ ਲੜਦਾ ਸੀ ਉਹਨੂੰ ਮੇਜ਼ ਤੇ ਸੱਦ ਲਿਆ ਦਾ ਵੀ ਆ ਜਾ ਉਮਰ ਮੁਖਤਾਰ ਆਪਾਂ ਸਮਝੌਤਾ ਕਰ ਲਗੇ ਵੀ ਕੀ ਕੁਝ ਵੰਡਣਾ ਹੈ ਕਿਵੇਂ ਵੰਡਣਾ ਤੇ ਅਸੀਂ ਮਤਲਬ ਤੇਰੇ ਨਾਲ ਹੁਣ ਸਮਝੌਤੇ ਤੈਅ ਤੇ ਇੱਥੇ ਸਰਕਾਰ ਤੇ ਲਾਵਾਂਗੇ ਉਮਰ ਮੁਖਤਾਰ ਆ ਗਿਆ ਉਮਰ ਮੁਖਤਾਰ ਨਾਲ ਸਮਝੌਤੇ ਦੀ ਜਦੋਂ ਮੇਜ਼ ਤੇ ਬੈਠੇ ਉਹਨੂੰ ਅਸੀਂ ਵੀ ਤੂੰ ਦੱਸ ਵੀ ਮੈਕਮੇ ਕਿਹੜੇ ਕਿਹੜੇ ਲੈਣੇ ਆ ਉਹ ਕਹਿੰਦਾ ਵੀ ਮੈਕਮੇ ਮੈਂ ਤੁਹਾਨੂੰ ਕੱਲ ਨੂੰ ਦੱਸੂਗਾ ਅੱਜ ਨਹੀਂ ਦੱਸਣੀ ਕੱਲ ਨੂੰ ਮੈਂ ਆਪਦੀ ਪਾਰਟੀ ਨਾਲ ਰਹਿ ਕਰਕੇ ਦੱਸੂਗਾ ਦੂਜੇ ਦਿਨ ਸੱਦ ਲਿਆ ਜਦੋਂ ਸੱਦਿਆ ਇਹਨਾਂ ਨੇ ਇਟਲੀ ਵਾਲਿਆਂ ਨੇ ਉਹ ਕਹਿੰਦਾ ਜੀ ਕੋਈ ਮਹਿਕਮਾ ਲੈਣਾ ਸਾਖੇ ਕਿਹੜਾ ਆਂਦਾ ਸਿਰਫ ਸਿੱਖਿਆ ਬਾਕੀ ਦੇ ਸਾਰੇ ਲੈ ਲਓ ਕੱਲੀ ਸਿੱਖਿਆ ਮਹਿਕਮਾ ਮੈਨੂੰ ਦੇ ਦਿਓ ਉਹਨਾਂ ਨੇ ਇਟਲੀ ਨੇ ਸਿੱਖਿਆ ਦਿੱਤੀ ਨਹੀਂ ਸੀ ਉਹਨਾਂ ਨੂੰ ਉਹ ਆਂਦੇ ਬਾਕੀ ਭਮਾ ਸਾਰੇ ਲੈ ਲਾ ਪਰ ਸਿੱਖਿਆ ਨਹੀਂ ਦੇਣੀ ਪਿਛਲੇ ਦਿਨਾਂ ਚ ਆਪਾਂ ਦੇਖਿਆ ਸਰਸਾ ਸਾਹਿਬ ਲਈ ਬੈਠੇ ਧਰਨਾ ਕਿਵੇਂ ਇਹਨਾਂ ਨੇ ਇਤਿਹਾਸ ਨੂੰ ਬਦਲਣਾ ਸ਼ੁਰੂ ਕੀਤਾ ਕਿਵੇਂ ਇਹਨਾਂ ਨੇ ਸਾਰੇ ਕਾਸੇ ਨੂੰ ਬਦਲਣਾ ਸ਼ੁਰੂ ਕੀਤਾ ਸਾਨੂੰ ਪਤਾ ਉਸ ਗੱਲ ਦਾ ਜਦੋਂ ਵੀ ਕੋਈ ਸਰਕਾਰ ਆਉਂਦੀ ਆ ਉਹਦੀ ਸਿਲੇਬਸ ਤੇ ਕਿਉਂ ਨਜ਼ਰ ਹੁੰਦੀ ਆ ਇਸੇ ਕਰਕੇ ਹੁੰਦੀ ਆ ਕਿਉਂਕਿ ਸਿਲੇਬਸ ਆ ਜਿਹੜਾ ਆਉਣ ਵਾਲੀਆਂ ਨਸਲਾਂ ਦੇ ਦਿਮਾਗ 'ਚ ਵੱਡਦਾ ਸਿਲੇਬਸ ਜੇਕਰ ਉਹ ਦਿਮਾਗ 'ਚ ਜਿਹੋ ਜਿਹੇ ਸਲੇਵਸ ਭੇਜੋਗੇ ਜਿਹੋ ਜਿਹੇ ਸਿੱਖਕ ਪੈਦਾ ਕਰੋਗੇ ਜਿਵੇਂ ਉਹ ਤਨੁਸ਼ ਤੋੜਨ ਵਾਲਾ ਸਿੱਖਕ ਪੈਦਾ ਕੀਤਾ ਸਾਰੀ ਜਮਾਤ ਨੂੰ ਨਹੀਂ ਸਮਝਾ ਸਕਿਆ ਇਸ ਤਰ੍ਹਾਂ ਦੇ ਸਿੱਖਕ ਪੈਦਾ ਹੋਣਗੇ ਸਿੱਖਕ ਜਿਹੜੇ ਲੋਕਾਂ ਦੇ ਬਿਨਾਂ ਪੁੱਛਿਆਂ ਹੁਣ ਜਿਹੜੀ ਘਰ ਢਾਉਣ ਦਾ ਜਿਹੜਾ ਬਲਡੋਜ਼ਰ ਚੱਲਦਾ ਹੈ ਬਲਡੋਜ਼ਰ ਦੇ ਪਿੱਛੇ ਇੱਟ ਰੋੜੇ ਮਾਰਨ ਵਾਲਾ ਮੁਸਲਮਾਨ ਹੋ ਸਕਦਾ ਕੋਈ ਰੌਲਾ ਨਹੀਂ ਹਿੰਦੂ ਵੀ ਹੋ ਸਕਦਾ ਕੋਈ ਰੌਲਾ ਨਹੀਂ ਜੇ ਉਹ ਮੁਸਲਮਾਨ ਇੱਕ ਹੈ ਸਾਡੇ ਘਰ ਦਾ 6 ਜੀਆਂ ਦਾ ਪਰਿਵਾਰ ਹੈ ਇੱਕ ਨੇ ਉੱਥੇ ਇਟਵਟਾ ਕਰਤਾ ਤੇ ਘਰ ਤੁਸੀਂ 6ਾਂ ਦਾ ਹੀ ਟਾਏ ਰਹਿੰਦੇ ਤਾਂ ਉੱਥੇ 6 ਦੇ 6 ਹੀ ਆ ਕਸੂਰ ਇੱਕ ਦਾ ਜਿਹੜੇ ਦੂਜੇ 5 ਸੀ ਜਿਹਦੇ ਚ ਦੋ ਜਵਾਕ ਆ ਦੋ ਦੇ ਮਾਂ ਪਿਓ ਆ ਇੱਕ ਉਹਦੀ ਪਤਨੀ ਆ ਉਹਨਾਂ ਦਾ ਕੀ ਕਸੂਰ ਆ ਦੋ ਬਿਰਧਾਂ ਦਾ ਕੀ ਕਸੂਰ ਆ ਦੋ ਬੱਚਿਆਂ ਦਾ ਕੀ ਕਸੂਰ ਆ ਤੇ ਉਸ ਪਤਨੀ ਦਾ ਕੀ ਕਸੂਰ ਆ ਜਿਹਦਾ ਕੋਈ ਕਸੂਰ ਹੀ ਨਹੀਂ ਰੋੜਾ ਮਾਰਨ ਚ ਜਿਹਨੂੰ ਰੋੜਾ ਮਾਰਨ ਵੇਲੇ ਉਹਨਾਂ ਨੇ ਪੁੱਛਿਆ ਵੀ ਨਹੀਂ ਪਰਿਵਾਰ ਨੂੰ ਵੀ ਮਾਂ ਮਾਰਾਂ ਕ ਨਾਂ ਮਾਰਾਂ ਮਸਲਾ ਤਾਂ ਇੱਥੇ ਖੜਾ ਜਿੰਨਾ ਚਿਰ ਅਸੀਂ ਇਹਨਾਂ ਗੱਲਾਂ ਦਾ ਧਿਆਨ ਨਹੀਂ ਧਰਦੇ ਉਹਨਾਂ ਚਿਰ ਇਸੇ ਤਰ੍ਹਾਂ ਸਾਡੀ ਧਰਤੀ ਤੇ ਦੰਗਾ ਉਪਸਾਦ ਹੁੰਦਾ ਰਹੂਗਾ ਸਿਰਫ ਸਿੱਖਿਆ ਜਿਹੜਾ ਮਹਿਕਮਾ ਇਦੇ ਵਾਸਤੇ ਸਾਡੇ ਬੁੱਧੀਜੀਵੀਆਂ ਨੂੰ ਵੱਡੀ ਪੱਧਰ ਤੇ ਹੰਬਲਾ ਮਾਰਨਾ ਪਊਗਾ ਜੇਕਰ ਤੁਸੀਂ ਆਖੋ ਕਿਸੇ ਲੋਕਤੰਤਰੀ ਪ੍ਰਣਾਲੀ ਚੋਂ ਨਿਕਲ ਕੇ ਇਹ ਸਾਰਾ ਕੁਝ ਸਾਫ਼ ਹੋ ਜਾਊਗਾ ਨਹੀਂ ਹੋਣਾ ਕੋਈ ਵਿਰੋਧੀ ਪੱਖ ਨਹੀਂ ਬੋਲਦਾ ਹੁਣ ਕੋਈ ਵਿਰੋਧੀ ਪਾਰਟੀ ਨਹੀਂ ਬੋਲਦੀ ਇਹਨਾਂ ਦੇ ਵਿਰੋਧ ਚ ਸਾਰਾ ਕੁਝ ਇੱਕੋ ਮਰਜ਼ੀ ਨਾਲ ਚੱਲ ਰਿਹਾ ਸੈਂਟਰ ਦੀ ਸਰਕਾਰ ਦੀ ਮਰਜ਼ੀ ਦੇ ਨਾਲ ਸਾਰੀਆਂ ਵਿਰੋਧੀ ਪਾਰਟੀਆਂ ਜਿੰਨਾਂ ਚ ਇੱਕ ਸਟੇਜ ਤੇ ਆ ਕੇ ਇਹਨਾਂ ਸਾਰੀਆਂ ਗੱਲਾਂ ਦਾ ਵਿਰੋਧ ਨਹੀਂ ਕਰਦੀਆਂ ਸਮੇਤ ਬੁੱਧੀਜੀਵੀ ਸਮੇਤ ਖੱਬੇ ਪੱਖੀ ਸਮੇਤ ਜਿਹੜੇ ਥੋੜੇ ਜੇ ਸਾਡੇ ਸੂਬਿਆਂ ਦੀਆਂ ਪਾਰਟੀਆਂ ਸਾਰੀਆਂ ਘਟ ਗਿਣਤੀ ਕੌਮਾਂ ਸਾਰੀਆਂ ਇੱਕ ਸਟੇਜ ਤੇ ਆ ਕੇ ਵਿਰੋਧ ਨਹੀਂ ਕਰਦੀਆਂ ਉਹਨਾਂ ਚ ਇਹਨਾਂ ਦਾ ਵਿਰੋਧ ਨਹੀਂ ਹੋਣਾ ਹੁਣ ਮੈਂ ਗੱਲ ਕਰਦਿਆਂ ਸਰਕਾਰਾਂ ਦਿੰਦੀਆਂ ਕੀ ਆ ਉਹਦੀ ਕਹਾਣੀ ਇੱਕ ਸੁਣਾ ਦਿਆਂ ਜੇ ਕਹਾਣੀ ਦੇ ਨਾਲ ਹੀ ਸਾਰੀ ਗੱਲ ਸਮਝ ਚ ਆ ਜਾਣੀ ਹੈ ਕਿਤੇ ਤਿੰਨ ਜਣੇ ਬੈਠੇ ਚਾਹ ਪੀਂਦੇ ਸੀ ਉਹ ਚਾਹ ਪੀਂਦੇ ਸੀ ਇੱਕ ਉਹਨਾਂ ਚ ਅਮਰੀਕਾ ਦਾ ਬੰਦਾ ਸੀ ਇੱਕ ਕੈਨੇਡਾ ਦਾ ਸੀ ਇੱਕ ਉਹਨਾਂ ਚ ਭਾਰਤੀ ਸੀ ਜਿਹੜਾ ਕੈਨੇਡਾ ਵਾਲਾ ਸੀ ਉਹਨੇ ਚਾਹ ਪੀ ਕੇ ਆਪਦਾ ਕੱਪ ਸਿੱਧਾ ਰੱਖਤਾ ਜਿਹੜਾ ਅਮਰੀਕਾ ਵਾਲਾ ਸੀ ਉਹਨੇ ਚਾਹ ਪੀ ਕੇ ਆਪਦਾ ਕੱਪ ਪਲੇਟ ਦੇ ਵਿੱਚ ਮੂਧਾ ਮਾਰਤਾ ਜਿਹੜਾ ਭਾਰਤੀ ਸੀ ਉਹਨੇ ਆਵਦਾ ਕੱਪ ਪਲੇਟ ਦੇ ਵਿੱਚ ਟੇਡਾ ਰੱਖਤਾ ਕੋਈ ਕੋਲੇ ਬੰਦਾ ਜਿਹੜਾ ਵੇਖਦਾ ਸੀ ਉਹ ਆਂਦਾ ਯਾਰ ਮੈਨੂੰ ਥੋੜੀ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਤੁਸੀਂ ਤਿੰਨੇ ਬੰਦਿਆਂ ਦਾ ਫੈਸਲਾ ਵੱਖਰਾ ਵੱਖਰਾ ਐ ਇਸ ਬੰਦੇ ਨੇ ਪਲੇਟ ਦੇ ਵਿੱਚ ਕੱਪ ਮੂਦਾ ਮਾਰਿਆ ਐ ਇਸ ਬੰਦੇ ਨੇ ਪਲੇਟ ਦੇ ਵਿੱਚ ਕੱਪ ਸਿੱਧਾ ਰੱਖਿਆ ਆ ਬੰਦੇ ਨੇ ਪਲੇਟ ਦੇ ਵਿੱਚ ਕੱਪ ਟੇਡਾ ਰੱਖਿਆ ਮੈਨੂੰ ਦੱਸ ਦਿਓ ਪੁਰਾਣੀ ਇਹਦੇ ਪਿਛਲੀ ਹਿਸਟਰੀ ਕੀ ਆ ਕਹਾਣੀ ਕੀ ਆ ਜਿਹੜੋ ਸਿੱਧੇ ਵਾਲੇ ਨੂੰ ਪੁੱਛਿਆ ਆਂਦਾ ਵੀ ਸਿੱਧੇ ਵਾਲਿਆ ਪਹਿਲਾਂ ਤੂੰ ਦੱਸ ਵੀ ਸਿੱਧਾ ਕਾ ਤੋ ਰੱਖਿਆ ਕੱਪ ਉਹਦਾ ਵੀ ਚਾਹ ਮੈਂ ਪੀ ਲਈ ਪਰ ਜੇ ਹੋਰ ਲੋ ਹੈਗੀ ਆ ਤਾਂ ਮੈਂ ਹੋਰ ਦੀ ਇੱਛਾ ਰੱਖਦਾ ਪੀਣ ਦੀ ਮੈਂ ਤਾਂ ਸਿੱਧਾ ਰੱਖਿਆ ਜਿਹੜਾ ਮੁੱਧੇ ਵਾਲਾ ਸੀ ਉਹਨੂੰ ਪੁੱਛਿਆ ਮੁੱਧਾ ਕਾ ਤੋ ਮਾਰਿਆ ਉਹਦਾ ਚਾਹ ਮੈਂ ਪੀ ਲਈ ਮੈਨੂੰ ਇਹਨੂੰ ਹੀ ਚਾਹੀਦੀ ਸੀ ਤੇ ਮੈਂ ਇਸ ਕਰਕੇ ਇਹਨੂੰ ਆਂਦਾ ਮੁੱਧਾ ਮਾਰਤਾ ਜਿਹੜਾ ਟੇਢਾ ਸੀ ਭਾਰਤੀ ਵਾਲਾ ਉਹਨੇ ਟੇਢਾ ਕਿਉਂ ਰੱਖਿਆ ਉਹ ਕਹਿੰਦਾ ਜੀ ਗੱਲ ਇਹ ਆ ਵੀ ਜੇ ਉਹਨਾਂ ਕੋਲੇ ਹੋਈ ਤਾਂ ਪਾ ਦੇਣਗੇ ਇੱਛਾ ਹੈਗੀ ਵੀ ਹੈ ਤੇ ਨਹੀਂ ਵੀ ਪਰ ਜੇ ਉਹਨਾਂ ਕੋਲੇ ਵਧੀ ਪਈ ਹੋਈ ਤਾਂ ਪਾ ਵੀ ਦੇਣਗੇ ਇਹਨੂੰ ਮੈਂ ਜੋੜਦਾ ਮੱਧ ਵਰਗ ਨਾਲ ਤੇ ਗਰੀਬ ਵਰਗ ਨਾਲ ਤੇ ਅਡਾਨੀ ਵਾਨੀ ਦੇ ਨਾਲ ਸਾਡੇ ਮੱਧ ਵਰਗ ਦਾ ਜਿਹੜਾ ਕੱਪ ਆ ਉਹ ਟੇਡਾ ਹੈ ਟੇਡਾ ਕੱਪ ਦਾ ਮਤਲਬ ਆ ਵੀ ਜੇ ਤੁਹਾਡੇ ਕੋਲ ਕੁਝ ਹੈਗਾ ਤਾਂ ਦੇ ਦਿਓ ਜੇ ਮਤਲਬ ਇੱਛਾ ਹੈਗੀ ਉਹਨਾਂ ਦੀ ਕਿਉਂਕਿ ਉਹ ਵੀ ਨਪੀੜੇਵੇਂ ਆ ਇਛਾ ਉਹ ਨਦੀ ਹੈਗੀ ਪਰ ਉਹਨਾਂ ਨੂੰ ਝਾਕ ਨਾ ਹੋਣ ਕਰਕੇ ਉਹਨਾਂ ਨੇ ਟੇਡਾ ਰਸਤਾ ਵੀ ਸਾਨੂੰ ਇਹ ਸਰਕਾਰ ਤੋਂ ਝਾਕ ਵੀ ਕੋਈ ਨਹੀਂ ਵੀ ਸਾਡੇ ਕੱਪ 'ਚ ਵੀ ਕੁਝ ਪੈ ਜਾਊਗਾ ਗਰੀਬ ਨੇ ਸਿੱਧਾ ਰੱਖਿਆ ਉਹ ਕਹਿੰਦਾ ਮੈਨੂੰ ਤਾਂ ਲੋੜ ਆ ਦੱਸੋ ਕੀ ਕੁਝ ਦੇ ਸਕਦੇ ਆ ਬਿਜਲੀ ਦੇ ਸਕਦੇ ਆ ਸਿਹਤ ਦੇ ਸਕਦੇ ਆ ਸਿੱਖਿਆ ਦੇ ਸਕਦੇ ਆ ਸੁਰੱਖਿਆ ਦੇ ਸਕਦੇ ਆ ਕੀ ਕੁਝ ਦਿਓਂਗੇ ਕੱਪ 'ਚ ਪਾਓ ਮੇਰੇ 'ਚ ਕੀ ਕੁਝ ਪਾਉਣੇ ਆ ਜਿਨੇ ਮੁੱਦਾ ਮਾਰਿਆ ਉਹ ਡਾਨੀ ਵਾਨੀ ਹੋਣੀ ਆ ਅਡਾਨੀ ਵਾਨੀ ਉਹਨਾਂ ਨੇ ਭਮਾਓ ਕੱਪ ਮੁੱਦਾ ਮਾਰਿਆ ਪਰ ਮੁੱਦੇ ਕੱਪ ਦੇ ਥੱਲੇ ਵੀ ਬਹੁਤ ਕੁਝ ਪਿਆ ਹੈ ਮੁੱਦੇ ਕੱਪ ਨੂੰ ਵੀ ਉਹਨਾਂ ਨੇ ਪੜ ਲੈਣਾ ਵੀ ਇਹ ਮੁੱਦਾ ਕੱਪ ਵੀ ਜਿਹੜਾ ਮਾਰਿਆ ਹੈ ਇਹਦੇ ਵਿੱਚ ਵੀ ਅਸੀਂ ਪਉਣਾ ਤੇ ਉਹਨਾਂ ਨੇ ਧੱਕੇ ਨਾਲ ਪਵਾ ਲੈਣਾ ਉਹਨਾਂ ਨੇ ਲੰਗਰ 'ਚ ਜਾ ਕੇ ਵੀ ਪਵਾ ਲੈਣਾ ਉਹਨਾਂ ਕੋਲ ਇੰਨੀ ਹਿੰਮਤ ਆ ਮੈਂ ਇਸ ਕਰਕੇ ਕਹਿੰਦਾ ਵੀ ਸਾਨੂੰ ਇਹਨਾਂ ਕਹਾਣੀਆਂ ਤੋਂ ਜਿਹੜੀਆਂ ਸਾਡੀਆਂ ਮਾਮਾ ਸਾਡੀਆਂ ਦਾਦੀਆਂ ਸਾਡੀਆਂ ਨਾਨੀਆਂ ਸੁਣਾਉਂਦੀਆਂ ਹੁੰਦੀਆਂ ਸੀ ਨਿੱਕਿਆ ਹੁੰਦਿਆਂ ਨੂੰ ਲਹੂ ਚ ਵਾਰਤੀਆਂ ਸਾਡੇ ਉਹ ਉਹ ਲਹੂ ਚ ਵੜੀਆਂ ਮੀਆਂ ਕਹਾਣੀਆਂ ਦੋ ਕਪਾ ਸਾਂਝੀਆਂ ਕੀਤੀਆਂ ਇੱਕ ਗੱਲ ਹੁਣ ਹੋਰ ਸਾਂਝੀ ਕਰ ਲੀਏ ਆਪਾਂ ਇਹ ਗੱਲ ਹੈਗੀ ਆ ਕਿਸੇ ਦੀ ਕਿਸੇ ਸਾਥੀ ਦੀ ਮਾਂ ਦਾ ਚਿੱਤਰ ਕੰਧ ਤੇ ਲੱਗਾ ਸੀ ਸਿਰਫ ਮੈਥੋਂ ਨੂੰ ਦੱਸਦਾ ਸਾਡੀ ਭਾਵਨਾ ਕਿਉਂ ਜੁ ਹੁੰਦੀ ਆ ਸਾਡੀ ਸਾਡੀ ਦਲੀਲ ਕਿਹੇ ਜੀ ਆ ਕਿਸੇ ਦੀ ਮਾਂ ਦਾ ਫੋਟੋ ਕੰਧ ਤੇ ਲੱਗਾ ਸੀ ਉਹ ਉਹ ਮਾਂ ਕੋਲੇ ਜਾ ਕੇ ਕਹਿੰਦਾ ਆਂਦਾ ਬਈ ਮੇਰੀ ਮਾਂ ਨੇ ਮੈਨੂੰ ਦੁੱਧ ਪਿਲਾਇਆ ਆਪਦੇ ਘਰ ਵਾਲੀ ਨੂੰ ਕਹਿੰਦਾ ਆਂਦਾ ਤੂੰ ਛੀਸ਼ੀ ਧੋਈ ਜਾਂ ਨਹੀਂ ਜਵਾਕ ਦੀ ਰੋਜ਼ ਇਹਦੇ ਇਨੇ ਭਾਂਡੇ ਨਹੀਂ ਧੋਤੇ ਜਿੰਨੀ ਤੂੰ ਆ ਜਵਾਗ ਦੀ ਸੀਸੀ ਧੋਈ ਜਾਂਦੀ ਆ ਦਾ ਮੈਨੂੰ ਇਹਨੇ ਦੁੱਧ ਪਿਆ ਮੈਨੂੰ ਪਾਲਿਆ ਮੈਂ ਦੁੱਧ ਚੁੰਘ ਕੇ ਵੱਡਾ ਹੋਇਆ ਸੁਰਤ ਸੰਭਾਲੀ ਆ ਉਹ ਮੂਹਰਿਓ ਪੜ੍ਹੀ ਲਿਖੀ ਸੀ ਉਹੋ ਜੇ ਪੜਾਈ ਵੀ ਟੀਚਰ ਦੀ ਪੜ੍ਹਾਈ ਵੀ ਸੀ ਜਿਹਦੀ ਆਪਾਂ ਪਹਿਲਾਂ ਗੱਲ ਕਰਕੇ ਹਟਿਆ ਉਹਨੇ ਸੀਸੀ ਝੱਕ ਲਿਆਂਦੀ ਆਦੀ ਮੈਂ ਤਾਂ ਪਲੀ ਵੀ ਇਹਦੇ ਤੇ ਆ ਮੇਰੀ ਮਾਂ ਨੇ ਮੈਨੂੰ ਦੁੱਧ ਨਹੀਂ ਚੰਗਾਇਆ ਹੁਣ ਮੈਂ ਇਹਦੀ ਫੋਟੋ ਤੇਰੀ ਮਾਂ ਦੇ ਬਰਾਬਰ ਲਾ ਦਿਆਂ ਆ ਸਿੱਖਿਆ ਆ ਸਾਡੀ ਜਿਹੜੀ ਮਿਲ ਰਹੀ ਆ ਮੈਂ ਇਸ ਕਰਕੇ ਕਹਿਣਾ ਬਈ ਸਿੱਖਿਆ ਤੇ ਪਹਿਰਾ ਦੇਣ ਦੀ ਸਾਰੀਆਂ ਜਥੇ ਸਾਰੀਆਂ ਅਧਿਰਾ ਨੂੰ ਲੋੜ ਆ ਜੇ ਸਿੱਖਿਆ ਚ ਬਗਾੜ ਇਹਨਾਂ ਨੇ ਪੈਦਾ ਕਰਤਾ ਆਉਣ ਵਾਲਾ ਸਮਾਜ ਕਿਹੋ ਜਿਹਾ ਪੈਦਾ ਹੋਊਗਾ ਜਰਾ ਸੋਚ ਕੇ ਵੇਖ ਲਓ ਕਿਹੋ ਜਿਹਾ ਪੈਦਾ ਹੋਊਗਾ ਭਰਾ ਦਾ ਭਰਾ ਦੁਸ਼ਮਣ ਬਣਾਤਾ ਉਸ ਸਿੱਖਿਆ ਨੇ ਉਹਨਾਂ ਨੂੰ ਘਰਾਂ 'ਚ ਬੈਠਿਆਂ ਨੂੰ ਮਾਰਨ ਚਲੇ ਜਾਂਦੇ ਆ ਉਹਨਾਂ ਦੇ ਪਤੀਲੇ ਵੇਖਦੇ ਆ ਵਿੱਚ ਕੀ ਬਣਿਆ ਉਹਨਾਂ ਦਾ ਲਿਵਾਸ ਵੇਖਦੇ ਆ ਕੀ ਪਹਿਨਿਆ ਜੇਕਰ ਇਹ ਹੀ ਸਿੱਖਿਆ ਭਾਰਤ 'ਚ ਰਹੀ ਸਾ ਭਾਰਤ ਨੂੰ ਇਕੱਠਾ ਨਹੀਂ ਕੋਈ ਰੱਖ ਸਕਦਾ ਜਿਵੇਂ ਪਿਛਲੇ ਦਿਨਾਂ 'ਚ ਨਿਆ ਆਰਐਸਐਸ ਦੇ ਮੁਖੀ ਨੇ ਦਿੱਤਾ ਨਾ ਇੱਕ ਐਲਾਨ ਕੀਤਾ ਵੀ 15 ਸਾਲਾਂ ਦੇ ਵਿੱਚ ਵਿੱਚ ਅਸੀਂ ਅਖੰਡ ਭਾਰਤ ਬਣਾ ਦੇਾਂਗੇ ਤੇ ਬਣਨਾ ਨਿਗਾ ਬਹੁਤ ਵੱਡਾ ਇਹਦੇ ਪਿੱਛੇ ਇੱਕ ਜਦੋਂ ਅਸੀਂ ਕਿਸੇ ਬਰੂਦ ਨੂੰ ਦੱਬ ਦਈਏ ਨਾ ਕਿਸੇ ਬੇਰੁਜ਼ਗਾਰੀ ਦੇ ਬਰੂਦ ਨੂੰ ਦੱਬੀਏ ਤੇ ਉਹਦੇ ਵਿੱਚ ਕੋਈ ਚੰਗਾੜੀ ਆ ਡਗੇ ਜੇਕਰ ਫਾਸੀ ਬਾਦ ਦੀ ਚਿੰਗਾਰੀ ਡਿੱਗ ਪਈ ਤਾਂ ਜਰਮਨ ਵਾਲਾ ਹਾਲ ਹੋਊਗਾ ਜੇਕਰ ਅਸੀਂ ਉਹਦੇ ਚ ਚੇਤਨਾ ਦੀ ਚਿੰਗਾਰੀ ਸੱਟਤੀ ਤਾਂ ਸਾਡੇ ਜਿਹੜਾ ਸਮਾਜ ਹੈ ਦਾ ਸੁਧਾਰ ਹੋ ਜਾਊਗਾ ਫੈਸਲਾ ਤੁਸੀਂ ਕਰਨਾ ਸਾਥੀਓ ਮਿਹਰਬਾਨੀ ਬਹੁਤ ਧੰਨਵਾਦ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰਦਿਆ ਕਰੋ ਮਿਹਰਬਾਨੀ